ਬੈਕਅਪ ਆਪਸ਼ਨ ਬੈਕਅਪ ਆਪਸ਼ਨ ਬੇਸਿਕਲੀ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੀਆਰ ਚਾਹੁੰਦੇ ਸੀਗੇ ਬਟ ਫੋਰ ਸਮ ਰੀਜ਼ਨ ਕਰਕੇ ਤੁਹਾਨੂੰ ਇਨਵਾਈਟ ਨਹੀਂ ਆ ਰਿਹਾ ਜਾਂ ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਹੋਈ ਹੈ ਪੜ੍ਹਾਈ ਨਹੀਂ ਖਤਮ ਕਰ ਪਾਏ ਜਾਂ ਕਿਸੇ ਦੀ ਗਲਤ ਸਲਾਹ ਦੇ ਨਾਲ ਕਿਸੇ ਇਹੋ ਜਿਹੇ ਏਰੀਆ 'ਚ ਫਸ ਗਏ ਹੋ ਜਿੱਥੋਂ ਦੀ ਬਾਹਰ ਨਿਕਲਣਾ ਨਹੀਂ ਪੋਸੀਬਲ ਔਨ ਟਰੈਕ ਨਹੀਂ ਆ ਸਕਦੇ ਜਾਂ ਸੈਕਸ਼ਨ 48 ਬਾਹਰ ਹੋ ਯੂ ਨੀਡ ਟੂ ਲੁੱਕ ਐਟ ਬੈਕਅਪ ਆਪਸ਼ਨਸ ਬੈਕਅਪ ਆਪਸ਼ਨਸ ਕੁਡ ਬੀ ਗੈਟਿੰਗ ਅਨਦਰ ਸਕਿੱਲ ਬੈਕਅਪ ਆਪਸ਼ਨਸ ਕੁਡ ਬੀ ਅਪਲਾਈਂਗ ਵੀਜ਼ਾ ਫੋਰ ਐਨੀ ਅਦਰ ਕੰਟਰੀ ਚਾਹੇ ਉਹ ਵਿਜ਼ਿਟਰ ਵੀਜ਼ਾ ਹੋਵੇ ਚਾਹੇ LMIA ਬੇਸਡ ਵਰਕ ਪਰਮਿਟ ਹੋਵੇ ਕੈਨੇਡਾ ਦਾ ਜਾਂ UK ਦਾ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਫੋਰ ਐਨੀ ਅਦਰ ਕੰਟਰੀ ਆਸਟ੍ਰੇਲੀਆ 'ਚ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਹਜੇ ਪੱਕੇ PR ਵਾਲੇ ਰਸਤੇ 'ਤੇ ਹੋ ਬਟ PR ਚਾਹੁੰਦੇ ਹੋ ਬਟ ਦੂਸਰੀ ਕੰਟਰੀ ਵੱਲ ਆਪਸ਼ਨਸ ਰੱਖਣਾ ਚਾਹੁੰਦੇ ਹੋ ਐਜ਼ ਅ ਬੈਕਅਪ ਆਪਸ਼ਨ ਓਮ ਗਲੋਬਲ ਪ੍ਰੋਵਾਈਡ ਸਰਵਿਸਿਜ਼ ਫੋਰ ਪ੍ਰੀਟੀ ਮੱਚ ਆਲ ਕੰਟਰੀਜ਼ ਜਿਸ ਸਪੈਸ਼ਲੀ ਸਪੈਸੀਫਿਕਲੀ ਤੁਸੀਂ ਵਿਜ਼ਿਟਰ ਵੀਜ਼ਾ ਜਾਂ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਦੇਖ ਰਹੇ ਪਿਓਰ ਹਾਊਸ ਆਊਟ ਆਫ ਆਪਸ਼ਨਸ ਐਜ਼ ਵੈਲ ਆਈ ਵੁੱਡ ਰਿਕਮੈਂਡ ਐਟਲੀਸਟ ਸਾਡੇ ਨਾਲ ਇੱਕ ਵਾਰੀ ਅਪੁਆਇੰਟਮੈਂਟ ਬੁੱਕ ਕਰਾ ਕੇ ਮਿਲ ਕੇ ਆਪਣੀ ਆਪਸ਼ਨਸ ਡਿਸਕਸ ਕਰ ਲਓ ਤਾਂ ਕਿ ਕੱਲ੍ਹ ਨੂੰ ਇਹ ਨਾ ਹੋਵੇ ਕਿ ਉਹ ਤੁਹਾਡੇ ਕੋਲ ਬੈਕਅਪ ਆਪਸ਼ਨ ਨਾ ਹੋਵੇ ਜਦੋਂ ਕਿ ਤੁਹਾਡੇ ਇੱਥੇ ਆਪਸ਼ਨਸ ਖਤਮ ਹੋ ਗਏ ਆ ਵਧੇਰੇ ਜਾਣਕਾਰੀ ਲਈ ਤੁਸੀਂ ਹੋਮ ਗਲੋਬਲ ਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ